ਤਗੜਾ ਹੋ ਜਾ ਤੇ ਗੱਲਾਂ ਦੇ ਫੇਰ ਹੀ ਹੁੰਦੀਆਂ ਸੋਹਣਿਆ ਵੀਰਾ ਆਹ ਪੱਲੇ ਕਾਲਾ ਕਾਲਾ ਕਾਲੇ ਕਿਆਰਾ ਆਹ ਕਹਿੰਦੇ ਸੁਖਦੀਪ ਨੇ ਬਾਲ ਲਾ ਗਿਆ ਕਾਲਾ ਕਹਿੰਦੇ ਬਾਰੇ ਪਿਆਲਾ ਚੜਦੇ ਵੱਡੇ ਅਧਰੇ ਜੀ ਪਿਆਰ ਮੁੰਡੇ ਦਾ ਔਰ ਦੂਜੇ ਪਾਸੇ ਖਾਲਸਾ ਬਾਲੀਵਾਲ ਦਾ ਨਾ ਉਸ ਆਪਣੇ ਵੱਡੇ ਮਾਣ ਕੀਤੇ ਖਿਡਾਰੀਆਂ ਨੇ ਔਰ ਹਰਮਨ ਵੀ ਪੁੱਜਿਆ ਹੋਇਆ ਜਿਹਦਾ ਲੋਹਟਵਤੀ ਪਿੰਡ ਚੋਟੀ ਦੇ ਆ ਗੱਲਾਂ ਬਾਤਾਂ ਕਦੇ ਵੱਡੀਆਂ ਛਿੜੀਆਂ ਹੋਈਆਂ ਨੰਬਰ ਇੱਕ ਹੋਰ ਕਰਨ ਜੁੜ ਗਿਆ ਕਿੰਨੇ ਹੋ ਗਏ ਸੱਤ ਛੇ ਪੰਜ ਚੇਂਜ ਆ ਹਾਂ ਸਾਹਮਣੇ ਮੇਰੇ ਵੀਰੋ ਪੰਜ ਦੇ ਹਲੇ ਇੱਧਰ ਗੱਲ ਬਣੀ ਨੀ ਬਣਾਉਣੀ ਪਊਗੀ ਜੇਕਰ ਮੈਚ ਨੂੰ ਜਿੱਤਣਾ ਹਾਂ ਚੜੀਆਂ ਤੇ ਹਲਾਉਣੀ ਪਊਗੀ ਬਾਲ ਕਹਿੰਦੇ ਆਊ ਤਾਂ ਬਾਲ ਕਹਿੰਦੇ ਪੁਆਇੰਟ ਕਮਲ ਕਿੰਨੇ ਪੁਆਇੰਟ ਆ ਇੱਕ ਜੀਰੋ ਇੱਕ ਜੀਰੋ ਆ ਵੀਰੇ ਗੋਡੇ ਪਰਮ ਯਾਰ ਬਾਰੇਖਾ ਦੇ ਚੈਣੇ ਵਾਲੇ ਵੀਰੇ ਸੱਤੇ ਤੇ ਸ਼ੇਰੂ ਦੀ ਟੱਕਰਾ ਗੱਲੀਆਂ ਬੰਦ ਕਰਦੇ ਗੋਡੋ ਸ਼ੇਰੂ ਯਾਰ ਲਓ ਇੱਧਰ ਮੈਂ ਜਿਹੜਾ ਬੜਾ ਟੌਪ ਦਾ ਖੇਡਿਆ ਜਾ ਰਿਹਾ ਨੌਜਵਾਨ ਇੱਧਰ ਬਾਰੇ ਕਹਿੰਦੀ ਟੀਮ ਮੇਰੇ ਮਿੱਤਰੋ ਔਰ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਬੜੇ ਚੋਟੀ ਦੇ ਖਿਡਾਰੀ ਹੈ ਪਰ ਇੱਧਰ ਮੈਂ ਦੇਖਦਾ ਵੀ ਇਹਦਾ ਕਹਿੰਦੇ ਮੇਰੇ ਮਿੱਤਰੋ ਸ਼ੇਰ ਸਿੰਘ ਦੁਨੀਆ ਕਹਿੰਦੀ ਹੈ ਖਿਡਾਰੀ ਨੂੰ ਸ਼ੇਰੂ ਨਾਮ ਆ ਤੇ ਢਾਬਾ ਪਿੰਡ ਹੈ ਆਹ ਖਿਡਾਰੀ ਦਾ ਮੇਰੇ ਮਿੱਤਰੋ ਕਦੇ ਖਿਓ ਵਾਲੀ ਢਾਬ ਦੇ ਚਰਚੇ ਹੁੰਦੇ ਆ ਕਦੇ ਲੱਖੇ ਵਾਲੀ ਢਾਬ ਦੇ ਚਰਚੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਆਹ ਗੱਲਾਂ ਹੁੰਦੀਆਂ ਨੇ ਬੁੱਢੇ ਦਾ ਪੂਰਾ ਨਾਮ ਕਹਿੰਦੇ ਸੋਹਣ ਝੋਲਦਾ ਮੇਰੇ ਹੀਰੇ ਤੇ ਦੁਨੀਆ ਕਹਿੰਦੇ ਸ਼ੇਰੂ ਦੇ ਨਾਮ ਵਾਲਾ ਇਹਨਾਂ ਗਰਾਊਂਡਾਂ ਦੇ ਵਿੱਚ ਜਾਂਦੀ ਆ ਇੱਕ ਹੋਰ ਦਾ ਜਿੱਥੇ ਮੁੰਡਾ ਹੈ ਸਰਵਿਸ ਕਰਨ ਦੇ ਲਈ ਕਹਿੰਦੇ ਤਿਆਰ ਵਰ ਤਿਆਰਾ ਹੈ ਉਹ ਗੱਲਾਂ ਕਹਿੰਦੇ ਹੋਰ ਗਿਆ ਹੈ ਅੱਜ ਕੱਲ੍ਹ ਚਰਚੇ ਆਪਣੇ ਲੰਬੇ ਟਾਈਮ ਬਾਅਦ ਮੈਂ ਦੱਸਿਆ ਹੈ ਅੱਜ ਤੇ ਉਹੀ ਖੇਡ ਖੇਡੀ ਤੁਰਿਆ ਆਉਂਦਾ ਹੈ ਅੱਜ ਤੇ ਉਹੀ ਖੇਡ ਹੈ ਤਾਂ ਵੀ ਸ਼ੇਰੂ ਚਰਚੇ ਹੁੰਦੇ ਆ ਉਹ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਵੀਰੋ ਇੱਕ ਡ੍ਰੌਪ ਹੋਰ ਲਾ ਗਿਆ ਨੰਬਰ ਇੱਕ ਹੋਰ ਜੋੜ ਗਿਆ ਮੁੰਡਾ ਖੇਡਦੇ ਬਰਾਂ ਦੇ ਵਿੱਚ ਲਓ ਵੀ ਪਰਮਿਆ ਬਾਲਾਂ ਦੇ ਕੱਢਦੀ ਪੈਰੀਆਂ ਸੋਹਣਿਆ ਜੇ ਮੈਚ ਨੂੰ ਜਿੱਤਣਾ ਨੇ ਵੀ ਇੱਧਰ ਦੋ ਨੰਬਰ ਇੱਧਰ ਲਓ ਗਰਾਊਂਡ ਨੰਬਰ ਇੱਧਰ ਮੇਰੇ ਮਿੱਤਰੋ
ਕੈਨੇਡਾ ਵਿੱਚ ਵੀ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ। ਇੱਕ ਪਾਸੇ ਮੁੰਡੇ ਪਰਨਾਲੇ ਵਾਲੇ ਅੱਜ ਤੇ ਆਹ ਗੱਲਾਂ ਬਾਤਾਂ ਟਿਕਾਣੇ ਲਈ ਆਉਂਦੇ ਆ ਗਰਾਊਂਡ ਦੇ ਅੰਦਰ। ਸਮਝਾ ਲਾ ਵੀਰੇ ਸਾਥੀ ਨੂੰ ਆਪਣੇ ਨੂੰ ਬੰਗੋਰਾ ਪਿੰਡੀ ਅਗਲੇ ਸਾਲ ਜਿਹੜਾ ਸਨਮਾਨ ਜਿਹੜਾ ਉਹ ਸਰਪ੍ਰਾਈਜ਼ ਦੇ ਨਾਲ ਕਰ ਦਿਆਂਗੇ ਗੰਗੋਰਾ ਦੇ ਟੂਰਨਾਮੈਂਟ ਦੇ। ਆਹ ਗੱਲਾਂ ਕਹਿੰਦੇ ਹੋਰ ਗਈਆਂ। ਦੂਜਾ ਬਹੁਤ ਵੱਡਾ ਧੰਨਵਾਦ ਆ ਪਿੰਡ ਦੇ ਵਿੱਚ ਮੈਚ ਬੋਲੇ ਨਹੀਂ ਗਏ ਬੜਾ ਪਿਆਰ ਬਖਸ਼ੇ ਮੁੰਡਿਆਂ ਨੇ ਦਵਾ ਪਾਣੇ ਸਾਡੇ ਵੀਰਾਂ ਦੇ ਲਈ ਹਰ ਗੰਗੋਰਾ ਵਾਲੇ ਭਰਾ ਸਾਡੇ ਹਮੇਸ਼ਾ ਨਾਲ ਖੜੇ ਆ ਤੇ ਵੀਰਾਂ ਵੀ ਆਪਾਂ ਪੱਟੇ ਮਾਰ ਕੇ ਦੇਣਾ ਕਿੱਥੇ ਹੈਗਾ ਗੱਡੀਆਂ ਚੋਂ ਕੱਢ ਕੱਢ ਕੇ ਪਿਆਰ ਦਿੱਤਾ ਉਧਰ ਜਸਨੀਤ ਪੂਣੀਆ ਭਰਾ ਸਾਡਾ ਕੈਨੇਡਾ ਤੋਂ ਲਾਈਵ ਆ ਨਾਲ ਬਾਈ ਹਰਪ੍ਰੀਤ ਭਰਾ ਸਾਡਾ ਯੂਕੇ ਵਾਲਾ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਬੜੇ ਪਿਆਰੇ ਤੇ ਸਤਿਕਾਰਯੋਗ ਮਿੱਤਰ ਨੇ ਜਿਹੜੇ ਵੀਰ ਅੱਜ ਦੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ ਸਾਰੇ ਲਾਈਵ ਵਾਲੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ। ਹਾਂ ਸੋਨੀ ਦੁਆਰੇ ਬੋਲੀ ਲਿਖੇ ਗੱਲ ਲੱਖ ਲੱਖ ਦੀ ਹੈ ਤੇ ਧੁੰਮ ਪੈਗੀ ਯਾਰ ਜਲਾਲ ਦੀ ਗੱਲ ਦੇ ਵੱਡੇ ਵੱਲ ਦੀ ਗਾਲ ਕਰਦੀ ਹੈ ਉਧਰ ਸਾਈਡਾਂ ਵੀ ਤੇਜ਼ ਵਾਲੀ ਤਰ ਦੇ ਕੋਈ ਨਹੀਂ ਦੱਸੋ ਵੀਰ ਨਹੀਂ ਨਹੀਂ ਉਦੋਂ ਬੰਦਾ ਵਧੀਆ ਹੋ ਗਿਆ ਵੀਰੇ ਤਨ ਕਿੰਨੇ ਕਿੰਨੇ ਨੂੰ ਪ੍ਰਵੇਸ਼ ਆਪਣਾ ਮੈਚ ਸੀਗਾ 8 ਵਜੇ ਮੈਚ ਕਿਹਦਾ ਲੱਗਾ ਸੀ ਬਾਰੀ ਕਿਹਦਾ ਨਾ ਬਾਰੀ ਕਿਹਦੇ ਕਿਹਦੇ ਤੋਂ ਕੋਈ ਮੈਚ ਜਦੋਂ ਭੁੱਜ ਵਾਲੀ ਮੈਨੂੰ ਵਧੀਆ ਜੁੜਦੀ ਹੋਣੀ ਬਾਰੀ ਕਿਹਨੇ ਮੈਚ ਬਾਰੀ ਕਿਹਦਾ ਕਿਹਦਾ ਜੀ ਜੋਗੀ ਵਾਲੇ ਦਾ ਉਹਦਾ ਹੀ ਹਨੀ ਜੋਧਪੁਰੀ ਦਾ ਜੋਗੀ ਵਾਲਾ ਉਹ ਤਾਂ ਦੂਜੇ ਜੋ ਪਹਿਲੇ ਰਾਊਂਡ ਦਾ ਜੀ ਉਹ ਤਾਂ ਪਹਿਲੇ ਰਾਊਂਡ ਦਾ ਜੀ ਦੂਜੇ ਰਾਊਂਡ ਦਾ ਉੱਧਰ ਨਿਕਲਿਆ ਸੀ ਜੱਸੇ ਦਾ ਨਿਕਲਿਆ ਸੀਗਾ ਬੜਸਿੱਕਰੀ ਨਾਲ ਇੱਧਰ ਬਾਰੀ ਕਿਹੜਾ ਕਿਹਦੇ ਨਾਲ ਨਿਕਲਿਆ ਹਾਂ ਮੈਂ ਚੰਗਾ ਸੀ ਚੈਣੇ ਵਾਲ ਅਤੇ ਉਹਦਾ ਜੋਧਪੁਰੀ ਦਾ ਬਹੁਤ ਵਧੀਆ ਬਹੁਤ ਵਧੀਆ ਜੀ ਪੁਆਇੰਟ ਦੱਸਦੇ ਹਾਂ ਪ੍ਰਦੀਪ ਚਾਰਜਰ ਹੈਗਾ ਪਰ ਮੇਰੀ ਪਾਵਰ ਬੈਂਕ ਬੰਦ ਹੋਈ ਗਈ ਉਹ ਤਾਂ ਚਾਰਜ ਤਾਂ ਉੱਥੇ ਲਾ ਲਾਂਗੇ ਮੇਰਾ ਨਾ ਉਹ ਜੇ ਮੈਂ ਲਾਊਂਗਾ ਪਾਵਰ ਬੈਂਕ ਥੋੜ੍ਹਾ ਲਾਡੀ ਵਾਲੀ ਵਿਹਲੀ ਆ ਉਹ ਤੱਕ ਲਾਡੀ ਫੇਰੀ ਰੋਈ ਬੜਾ ਜਿਹਾ ਕਈ ਮੇਰੇ ਕਿਰਪਾ ਜਾਂ ਤੇ ਹਾਂ ਗੁਰਲਾਲ ਬੋਲੇ ਆਈ ਲਾਡੀ ਫੇਰ ਰੋਈ ਜਿੱਥੇ ਤੇਰਾ ਸਟੈਂਡ ਹੈ ਉੱਥੇ ਆ ਯਾਰ ਵਾਹ ਉਸ ਵੀਰ ਐਨ ਗੱਲ ਕਹਿੰਦੇ ਟਿਕਾਣੇ ਲੱਗ ਲਓ ਵੀ ਨੰਬਰ ਕਿੰਨੇ ਹੋ ਗਏ ਕਮਲ ਪੰਜ ਹੋ ਗਏ ਹੁਣ ਚਾਰ ਪੰਜ ਹੋ ਗਏ ਪੰਜਵਾਂ ਨੰਬਰ ਜੁੜ ਗਿਆ ਪੰਜਵਾਂ ਨੰਬਰ ਵੀ ਜੁੜ ਗਿਆ ਚੈਨਲ ਦੀ ਟੀਮ ਦੇ ਖਾਤੇ ਦੇ ਵਿੱਚ ਵਧੀਆ ਵਧੀਆ ਬਾਈ ਤੂੰ ਸੁਣਾ ਕੀ ਹਾਲ ਨੇ ਬਾਈ ਜਟਾਣਾ ਕਰ ਮੜੇ ਜੀ
ਅਗਲਾ ਮੈਚ 18 ਤਰੀਕ ਨੂੰ ਬਾਈ ਜਟਾਣਾ ਵੀ ਆ ਗਿਆ ਲਾਈਵ ਤੇ ਮੈਨੂੰ ਲੱਗਦਾ ਬਾਈ ਜਟਾਣੇ ਵਾਲਾ ਲਾਈਵ ਤੇ ਜਟਾਣਾ ਵੀ ਕਹਿੰਦੇ ਲਾਈਵ ਤੇ ਆ ਗਿਆ ਗੱਲਾਂ ਹੁੰਦੀਆਂ ਨੇ ਕਲਵੀਰ ਜਟਾਣੇ ਦੀਆਂ ਤੇ ਲਾਵੀਆਂ ਦੇ ਲੀਡ ਬਣਾਈ ਆਉਂਦੇ ਮੁੰਡੇ ਚੈਨੇ ਵਾਲੀਏ ਦੂਜਾ ਸੈਮੀ ਇੰਦਰ ਜੌਲ ਵੀਰੇ ਬਰਸਿਕਰੀ ਦੇ ਬਰਨਾਲੇ ਦਾ ਬਰਾਬਰੀ ਦੇ ਗੱਡੀ ਜਾਵੇ ਸਵਾਦ ਤੇ ਫੇਰਾ ਹੈ ਪਰ ਮੇਰੇ ਵੀਰੋ ਕਹਾਣੀ ਕਹਿੰਦੇ ਵੱਡੀ ਆ ਉਹ ਵੱਡੇ ਸਟਾਰ ਉਹਨਾਂ ਦੇ ਵੀ ਸੱਤੇ ਹੋਇਆ ਹਾਂ ਵੱਡੇ ਕਾਲੂਆ ਯਾਰ ਮੋੜੀਆਂ ਦੇ ਆ ਉਹ ਬਾਲਾ ਮਾਰੀ ਤੇ ਆਉਂਦੇ ਆ ਹੁਣ ਨੰਬਰ ਅਗਲਾ ਕੌਣ ਜੋੜੂਗਾ ਆਪਣੀ ਟੀਮ ਦੇ ਲਈ ਕਿਸਮਤ ਦੀਆਂ ਗੱਲਾਂ ਹੋਣਗੀਆਂ ਜਾਂ ਫਿਰ ਫੇਰ ਤੇ ਗੱਲਬਾਤ ਵੱਡੀ ਆ ਉਹਦੇ ਕਹਿੰਦੇ ਰੂਪ ਦੀ ਸੋਟ ਲੱਗੀ ਹੋਈ ਹੈ ਬਹੁਤ ਪਿਆਰਾ ਤੇ ਸਤਿਕਾਰ ਦੇ ਮਿੱਤਰ ਆ ਭਰਾ ਜੱਸਾ ਹਰ ਗਿਆ ਵੀਰੇ ਜੱਸਾ ਹਾਂਜੀ ਹਾਂਜੀ ਇਕਬਾਲ ਸਿੱਧੂ ਬਰਾੜ ਕੀ ਹਾਲ ਨੇ ਯਾਰਾ ਜੀਆਂ ਨੂੰ ਜੋਰ ਸਪੀਕਰ ਲੱਗਣੇ ਨੇ ਜਿਹੜੇ ਵਾਜੇ ਵੱਜ ਕੇ ਮੁੜ ਕੇ ਵੱਜਣੇ ਨੇ ਮਾਨਕ ਹੱਦ ਪਕਾ ਕੇ ਖਾ ਕੇ ਕਲੀਆਂ ਨਹੀਂ ਹਰ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਇਕਬਾਲ ਸਿੱਧੂ ਬਰਾੜ ਜੁਕੇ ਇਕਬਾਲ ਸਿੱਧੂ ਬਰਾੜ ਜੁਕੇ ਲਾਓ ਪਿੰਡ ਦੀਆਂ ਗਲੀਆਂ ਦੀ ਇਕਬਾਲ ਸਿੱਧੂ ਬਰਾੜ ਜੁਕੇ ਵਾਲਾ ਭਰਾ ਸਾਡਾ ਇਕਬਾਲ ਸਿੱਧੂ ਬਰਾੜ ਯੂਕੇ ਵਾਲਾ ਭਰਾ ਸਾਡਾ ਵੀ ਲਾਈ ਜਿਹੜਾ ਬੈਠਾ ਹੈ ਉਹ ਕਹਿੰਦਾ ਵੀ ਜਿਹੜਾ ਆਪਾਂ 21,000 ਰੁਪਇਆ ਲਾਇਆ ਸੀਗਾ ਅੰਗਰੇਜ਼ ਤੇ ਤੇ ਮਾਰਚ ਮਹੀਨੇ ਦੇ ਵਿੱਚ ਆਪਾਂ ਬਹੁਤਾ ਕਰ ਦੇਣਾ ਹੈ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਵੀਰੇ ਰਾਜਵਿੰਦਰ ਕੋਲ ਸਾਹਿਬ ਆਪ ਆਏ ਹੋਏ ਹੈ ਉਹ ਪਿਆਰਾ ਲੰਬੜਦਾਰ ਧਲੀਰ ਨਾਲ ਓਕੇ 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 ਵੀਰੇ ਹੋਰ ਸੈੱਟਾਂ ਕੰਮ ਕਾਰ ਵਧੀਆ ਚੱਲਦਾ ਵੀਰੇ ਸੈਕਿੰਡ ਸੈਮੀ ਵੀਰੇ ਚੱਲ ਰਿਹਾ ਹੈਗਾ ਇੱਕ ਤਾਂ ਆਪਣੇ ਕੋਲੇ ਚੱਲ ਰਿਹਾ ਬਾਰੇ ਕੇ ਤੇ ਚੈਣੇਵਾਲ ਦਾ ਦੂਜਾ ਸੈਮੀ ਚੱਲ ਰਿਹਾ ਬੜਸਿਕਰੀ ਤੇ ਬਰਨਾਲੇ ਦਾ ਵੀਰੇ ਛੋਟੂ ਨਹੀਂ ਆਇਆ ਨਹੀਂ ਆਇਆ ਬਾਈ ਪੁਆਇੰਟ ਦੱਸਦੇ ਹਾਂ ਬੱਬੂ ਹਾਏ ਹਾਏ ਕਮਲ ਕਿੰਨੇ ਵੀਰੇ ਕਮਲ ਕਿਰਪਾਲੇ ਵਾਲਾ ਸੱਤ ਤਰਜਾ ਕੱਢ ਦੇ ਅੱਠ ਜੀਰੋ ਨੇ ਵੀਰੇ ਅੱਠ ਜੀਰੋ ਜਸਮੀਤ ਪੂਰੀਆਂ ਗਰੇਡਾਂ ਦੇ ਨਾਲ ਬਈ ਸਾਡਾ ਹਰਪ੍ਰੀਤ ਯੂਕੇ ਵਾਲਾ ਉਹ ਭਰਾ ਵੀ ਕਹਿੰਦੇ ਲਾਈਵ ਜਿਹੜਾ ਬੈਠਾ ਬਹੁਤ ਵੱਡਾ ਧੰਨਵਾਦ ਹੈ ਹਾਂ ਪੰਜਾਬ ਸੈਂਟਰ ਵਾਲੀਬਾਲ ਕਲੱਬ ਕਹਿੰਦੇ ਆਸਟ੍ਰੇਲੀਆ ਵਾਲੇ ਭਰਾ ਸਾਡੇ ਹੁਸੈਨ ਕਹਿੰਦੇ ਪਾਕਿਸਤਾਨ ਆਸਟ੍ਰੇਲੀਆ ਵਾਲਾ ਵੀ ਹੈ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਬੰਨੂ ਭੁਰੀ ਆਸਟ੍ਰੇਲੀਆ ਉਹ ਭਰਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਗੱਲਾਂ ਕਹਿੰਦੇ ਹੋਣਗੀਆਂ ਗੱਲਾਂ ਇਹ ਭਰਾ ਸਾਡਾ ਤੇ ਨਾਲ ਹਰਮਨ ਗੈਲ ਜਸਵੀਰ ਭੁਲੇਰ ਆਸਟ੍ਰੇਲੀਆ ਜੱਗਾ ਕਿਟਲੀ ਤੇ ਨਾਲ ਬਾਈ ਗੁਰਵਿੰਦਰ ਬਾਈ ਆਸਟ੍ਰੇਲੀਆ ਰਾਜਵੀਰ ਆਸਟ੍ਰੇਲੀਆ ਮਨਿੰਦਰ ਆਸਟ੍ਰੇਲੀਆ ਗਗਨ ਆਸਟ੍ਰੇਲੀਆ ਆਸਟ੍ਰੇਲੀਆ ਗੁਰਪ੍ਰੀਤ ਕਨੇਡਾ ਜਸਮੀਤ ਕਨੇਡਾ ਨਾਲ ਹੀ ਬਈ ਹਰਪ੍ਰੀਤ ਯੂਕੇ ਹਰਦੀਪ ਕਨੇਡਾ ਤੇ ਪਾਲੀ ਆਸਟ੍ਰੇਲੀਆ ਪਿੰਦੂ ਆਸਟ੍ਰੇਲੀਆ ਹਰਮਨ ਆਸਟ੍ਰੇਲੀਆ ਮੋਹਿਤ ਆਸਟ੍ਰੇਲੀਆ ਗੁਰਵਿੰਦਰ ਆਸਟ੍ਰੇਲੀਆ ਤੇ ਨਾਲ ਹੀ ਜਸੂ ਆਸਟ੍ਰੇਲੀਆ ਪੰਮਾ ਆਸਟ੍ਰੇਲੀਆ ਤਰਸੇਮ ਆਸਟ੍ਰੇਲੀਆ ਬਾਜ ਆਸਟ੍ਰੇਲੀਆ ਨਵਜੋਤ ਆਸਟ੍ਰੇਲੀਆ ਗੁਰਪ੍ਰੀਤ ਯੂਐਸਏ ਬਈ ਦਲਵੀਰ ਯੂਐਸਏ ਤੇ ਨਾਲ ਹੀ ਬਈ ਜੱਗਾ ਜਲਾਲ ਦੀ ਵਾਲਾ
ਨਵੀਂ ਜਲਾਲਦੀਆ ਦੇ ਨਾਲ ਗੁਰਪ੍ਰੀਤ ਸਿੰਘ ਦੀ ਆਸਟ੍ਰੇਲੀਆ ਰਾਣਾ, ਆਸਟ੍ਰੇਲੀਆ ਨਾਲ ਬੁੱਟਾ ਕਨੇਡਾ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਮੈਂ ਵੀ ਸਵਾਰ ਭਰਿਆ ਲਿਆ ਵੱਡੇ ਮਾਣ ਕਰੀ ਆਉਂਦਾ, ਜਿੱਤ ਗਿਆ ਤੇ ਵੱਡੇ ਮਾਣ ਸਨਮਾਨ ਕਰ ਦਿਆਂਗੇ। ਭਾਈ ਅਵਤਾਰ ਭੈਣੀ ਬਣਿੰਗਾ ਲਏਗਾ, ਵਾਹ ਜੀ ਵਾਹ। ਅਵਤਾਰ ਸਰਪੰਚ ਬਾਈ ਭੈਣੀ ਬਣਿੰਗਾ ਵਾਲਾ ਉਹ ਭਰਾ ਕਹਿੰਦੇ ਲਾਈਵ ਜਿਹੜਾ ਬੈਠਾ ਹੈ, ਬਹੁਤ ਬਹੁਤ ਮੈਂ ਧੰਨਵਾਦ ਕਰਦਾ ਬਾਈ ਅਵਤਾਰ ਭੈਣੀ ਬਣਿੰਗਾ ਵਾਲਾ ਕਹਿੰਦੇ ਕਨੇਡਾ ਤੋਂ ਸਿੱਧੀ ਅਵਤਾਰਾਂ ਜੋੜੀ ਬੈਠਾ। ਲਵੀ ਕਮਲ ਦੱਸ ਹੋ ਗਏ ਇੱਧਰ ਮੁੰਡੇ ਪੂਰੇ ਫਿੱਟ ਇਹਨਾਂ ਦੇ ਸਰੀਰ ਤੇ ਨਾ ਜਾਈ ਨੌਜਵਾਨਾਂ ਵੀ ਜੇ ਜਿਗਰੇ ਨੀ ਕੀ ਕਰਨੇ ਜਿਸਮ ਹੱਟੇ ਤੇ ਕੱਟੇ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੇ ਜਿਹੜੇ ਲਾਉਂਦੇ ਨੇ ਰੱਟੇ ਕਾਗਜ਼ ਖੁਦ ਨਹੀਂ ਫੜਦੇ ਲਿਖ ਲਿਖ ਫਾੜਨਾ ਪੈਂਦਾ ਏ। ਆਓ ਜੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਤੇ ਮਨ ਨੂੰ ਮਾਰਨਾ ਪੈਂਦਾ ਏ, ਜੇ ਜ਼ਿੰਦਗੀ ਦੇ ਵਿੱਚ ਹੋਵੇ ਕੁਝ ਬਣਨਾ ਤੇ ਮਨ ਨੂੰ ਮਾਰਨਾ ਪੈਂਦਾ ਏ। ਮਨ ਤੇ ਮਾਰੀ ਫਿਰਦੇ ਆ, ਹੁਣ ਤੇ ਮਨ ਕਹਿੰਦੇ ਮਾਰੀ ਫਿਰਦੇ ਆ, ਮਨ ਕਰਦੇ ਕਹਿੰਦੇ ਰਿਸ਼ਕਾਰ ਨੂੰ ਮੇਰੇ ਵੀਰੋ ਆਹ ਗੱਲਾਂ ਹੁੰਦੀਆਂ ਨੇ ਬ੍ਰਿੰਟਨ ਕਨੇਡਾ ਦੀਆਂ। ਮੁੰਡੇ ਕਹਿੰਦੇ ਹੁਣ ਤੇ ਤਰੱਕੀਆਂ ਦੇ ਰਾਹ ਤੇ ਤੁਰਨ ਨੂੰ ਫਿਰਦੇ ਆ, ਆਹ ਚਰਚੇ ਹੋਣਗੇ ਪਰ ਮਿਹਨਤ ਕਰਨੀਆਂ ਪੈਣਗੀਆਂ, ਆਹ ਗੱਲਾਂ ਹੋਣਗੀਆਂ। ਹਾਂ ਵੀਰੇ ਹਾਂਜੀ ਹਾਂਜੀ ਵੀਰੇ ਕਰਵਾ ਦੇ ਜੀ। ਲਾਓ ਸਾਹਮਣੇ ਇੱਧਰ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰ ਮੈਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ, ਗੱਲਾਂ ਬਾਤਾਂ ਵੱਡੀਆਂ ਨੇ ਸਹਿਬਾਜਪੁਰੇ ਵਾਲਿਆ ਆਹ ਪਿੰਡ ਨੇੜੇ ਆ ਨੌਜਵਾਨਾਂ, ਜੇ ਇੱਥੇ ਕੁੰਡੀ ਕੀ ਹੋ ਗਈ ਨਾ ਫਿਰ ਮਿੱਤਰਾਂ ਮੁਸ਼ਕਿਲ ਬਣ ਜਾਣੀ ਆ। ਸਵਾਲਪੁਰੇ ਵਾਲਿਆ ਤਗੜਾ ਹੋ ਜਾ, ਹਾਂ ਤੇਰੇ ਤੇ ਇਲਾਕੇ ਵਾਲੇ ਮੁੰਡੇ ਮਾਣ ਕਰਦੇ ਆ, ਆਸਟ੍ਰੇਲੀਆ ਮਾਣ ਕਰਦਾ ਹੈ, ਭਰਾ ਸਾਡਾ ਹਰਮਨ ਦਿਓਲ ਮਾਣ ਕਰਦਾ ਹੈ, ਲੋਕਪਤੀ ਵਾਲਾ ਹਰਮਨ ਦਿਓਲ ਕਹਿੰਦਾ ਬਿੱਗ ਸਪਲਾਈ ਦੇ ਦਿਆਂਗੇ ਜੇ ਸੱਤਾ ਆ ਮੈਂ ਜਿੱਤਦੇ, ਹਾਂ ਗੱਲਾਂ ਕਹਿੰਦੇ ਵੱਡੀਆਂ ਹੋਣਗੀਆਂ। ਉੱਧਰੋਂ ਰਿਸ਼ਕਰਨ ਤੇ ਮਣਕਰਨ ਜੋੜੀ ਬੜੀ ਹਿੱਟਾ ਹੈ, ਬੜੀ ਫਿੱਟਾ ਹੈ ਤੇ ਲਾਈਵ ਜਿਹੜੇ ਬੈਠੇ ਸੰਗਤ ਜੁੜੀ ਹੋਈ ਹੈ, ਇਹਦੇ ਹਰਮਨ ਦਿਓਲ ਸਾਡਾ ਉਹ ਯਾਰਾਂ ਦਾ ਯਾਰ ਹੈ, ਉਹ ਕਹਿੰਦਾ ਵੀ ਜੇ ਸੱਜਾ ਇੱਥੋਂ ਜਿੱਤੇ ਤੇ ਮਿੱਤਰਾਂ ਪਿੰਡ ਦੇ ਮੇਲੇ ਤੇ ਤੇਰਾ ਵੱਡਾ ਮਨ ਕਰ ਦਿਆਂਗੇ ਨੌਜਵਾਨ, ਉਹ ਤੂੰ ਵੀ ਵੱਡੇ ਵੱਡੇ ਮੇਲੇ ਜਿੱਤੇ ਆ, ਉਹ ਸੱਜਾ ਵਾਪਸੀ ਤੇ ਕਰਨੀ ਪੈਣੀ ਆ, ਤੈਨੂੰ ਲੋਕੀ ਤੂਫਾਨ ਕਹਿੰਦੇ ਆ ਇੱਧਰ ਬੜਾ ਟੌਪ ਦਾ ਮੈਚ ਉਹ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ, ਉਹ ਬੱਲੇ 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 ਉਹ ਸਵਾਦ ਹੋ ਜਾਣਾ ਸੱਤਿਆ, ਉਹ ਤੂਫਾਨੀ ਪਾਰੀ ਖੇਡਣੀ ਪੈਣੀ ਆ, ਲਾਓ ਸਾਹਮਣੇ
ਸੱਜਣ ਕਿੰਨੇ ਹੋ ਗਏ ਨੰਬਰ? 11 ਗਿਆਰਵਾਂ ਨੰਬਰ ਵੀ ਜੋੜ ਗਏ ਮੁੰਡੇ ਖੇਡਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਹਉ ਗੱਲਾਂ ਹੁੰਦੀਆਂ ਨੇ, ਰਾਜਾ ਕਨੇਡਾ ਤੋਂ ਲਾਈਵ ਜੁੜਿਆ ਬੈਠਾ ਨਾਲ ਮਨਕਾਰਨੇ ਨਾਲ ਕਰਨਾ ਹੈ। ਹਉ ਗੱਲਾਂ ਕਹਿੰਦੇ ਟਿਕਾਣੇ ਲੱਗ ਗਈਆਂ ਪਰ ਢਾਕ ਵਾਲਾ ਅੱਜ ਕਹਿੰਦੇ ਫਿੱਟ ਹੈ ਪੂਰਾ ਦੱਸੀ ਤੁਰਿਆ ਆਉਂਦਾ ਹਉ ਪੱਲੇ ਤੇ ਹੁਣ ਗੱਲ ਕੁਝ ਹੋਰ ਹੀ ਮਰੂਗੀ। ਹਉ ਗੱਲ ਕੁਝ ਹੋਰ ਹੀ ਮਰੂਗੀ ਮਿੱਤਰਾ ਲਾ ਲਈ ਉੱਧਰ ਮੈਨੂੰ ਆਉਂ ਲੱਗਦਾ ਜਿਹੜੇ ਬਰਨਾਲੇ ਵਾਲੇ ਗੱਡੀ ਲੀਹ ਦੇ ਚਾਣਗੇ ਹੁਣ ਤੈਨੂੰ ਸਮਝ ਨੀ ਲੱਗਣੀ ਆਈਫੋਨ 18 ਪ੍ਰੋ ਮੈਕਸ ਆ ਚੁੱਪ ਬਾਈ ਅਮਰਿੰਦਰਜੀਤ ਅਮਰਿੰਦਰਜੀਤ ਮਾਨ ਹੋਈ ਹੈ। ਆਓ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਆ ਨੌਜਵਾਨਾਂ ਇੱਧਰ ਅਮਰਿੰਦਰਜੀਤ ਮਾਨ ਭਰਾ ਸਿੰਗਲ ਹੈਂਡ 600 ਦੀ ਸ਼ੇਰੂ ਦੀ ਗੱਲਾਂ ਕਹਿੰਦੇ ਟਿਕਾਣੇ ਜਿਹੜੀਆਂ ਹੋਰ ਲੱਗੀਆਂ ਹੋਈਆਂ ਨੇ ਐਨ ਪੂਰਾ ਫਿੱਟਾ ਤੇ ਚਰਚੇ ਵੱਡੇ ਆ ਹੋਰ ਕਹਾਣੀ ਕਹਿੰਦੇ ਟਿਕਾਣੇ ਆ ਇਹ ਪੱਲੇ ਬਾਰੇ ਕਹਿੰਦਾ ਕਹਿੰਦੇ ਵਿਕਾਸ ਖੁੱਲਿਆ ਖਾਤਾ ਕਮਲ ਦੋ ਹੋ ਗਏ ਦੋ ਤੇ ਇੱਧਰ 11 ਦੋ ਤੇ 11 ਨੂੰ ਟੱਕਰਾ ਹੈ ਪਤਾ ਉਹਨੇ ਨੂੰ ਵੀ ਆ ਜੇ ਪੰਜਾਂ ਵਾਲੀ ਲੈਣ ਦੇ ਨੰਬਰ ਜਿਹੜੇ ਗਾਂ ਟੱਪ ਗਏ ਤੇ ਹੋ ਸਕਦਾ ਵੀ ਬਾਰੇ ਕਹਿੰਦੇ ਮੁੰਡੇ ਬਾਜੀ ਮਾਰ ਸਕਦੇ ਗੁਰਨਾਲ ਜੀ ਕਰੋ ਖਬਰ ਸਕੋਰ ਜਸਪ੍ਰੀਤ 11 2 ਅਗੇ ਤੇ ਦਬਾਓ ਨੰਬਰ ਦਾ ਆ ਦੇਖੇ ਅਸੀਂ ਪਰਖ ਜਿਹੜੀ ਬੰਦੇ ਦੀ ਇੱਛੋਂ ਪਤਾ ਲੱਗਦਾ ਬੰਦਾ ਆਪਣੇ ਜਿਹੜਾ ਸਾਥੀ ਦਾ ਜ਼ਰੂਰ ਖਿਆਲ ਰੱਖਦਾ ਦਿਲ ਨੂੰ ਧੰਨਵਾਦ ਆ ਉਦੋਂ ਪਤਾ ਲੱਗ ਜਾਂਦਾ ਵੀ ਹੁਣ ਸਾਥੀ ਨੂੰ ਕਿਹੜੀ ਚੀਜ਼ ਦੀ ਲੋੜ ਹੈ ਔਰ ਇੱਧਰ ਮੈਚ ਬੜਾ ਟਾਪ ਦਾ ਮੇਰੇ ਮਿੱਤਰ ਗਰਾਊਂਡ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਟੀਮਾਂ ਜਿਹੜੀਆਂ ਬਹੁਤ ਵੱਡੀਆਂ ਨੇ ਔਰ ਹੁੱਲੇ ਹਿਲਾ ਰਹੇ ਹੈ ਉਹ ਮੇਰੇ ਮਿੱਤਰ ਖੇਡ ਗਰਾਊਂਡ ਦੇ ਵਿੱਚ ਸੱਤਿਆ ਨੌਜਵਾਨਾਂ ਉਹ ਦੁਨੀਆ ਨੂੰ ਦੱਸਣਾ ਪੈਣਾ ਵੀ ਤੂਫਾਨ ਹੈ ਤੇ ਹੈ ਕਿ ਚੀਜ਼ ਉਹ ਬੱਲੇ 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 ਪਰ ਗੱਭਰੂ ਪੰਜਾਲੀ ਦੀ ਧਰਤੀ ਦਾ ਗਲਤੀ ਪੱਟੀ ਕਰ ਗਿਆ ਮੁੰਡਿਆ ਖੇਡਦੇ ਗਰਾਊਂਡ ਦੇ ਅੰਦਰ ਤੇਰੇ ਚੁੱਕੇ ਨਾਲ ਮੈਂ ਖਾਸ ਸਜਾਉਂਦਾ ਉਹ ਚੀਜ਼ ਤੇਰੀ ਖਾਸ ਬਣ ਗਏ ਅਸੀਂ ਖੇਡ ਰਹਿ ਗਏ ਮਨ ਪਰਚਾਵੇ ਦੀ ਤੇਰੇ ਸਟੈਂਡ ਪਾਸ ਬਣ ਗਏ ਇੰਜ ਲੋਕਾਂ ਤੋਂ ਟੁੱਟ ਜਾਣ ਦਾ ਸਾਡੇ ਨਾਲ ਰਿਵਾਜ ਮੁੰਡਿਆ ਤੂੰ ਸਾਡਾ ਨਹੀਂ ਅਸੀਂ ਨਹੀਂ ਹੁਣ ਤੇਰੇ ਸੁਖਦੀਪ ਵਰਗੇ ਇਹਨਾਂ ਦਾ ਕਹਿੰਦੇ ਫੂਡ ਸਪਲਾਈ ਮਹਿਕਮੇ ਦੇ ਵਿੱਚ ਸਿੱਕਾ ਚੱਲਦਾ ਪਰ ਇੱਧਰ ਆਓ ਗਲਤੀ ਮੁੰਡੇ ਨੇ ਕਰ ਦਿੱਤੀ ਹੈ ਪੁਆਇੰਟ ਦੱਸਦਾ ਵੀਰੇ ਕਵਾਲ ਪੁਆਇੰਟ ਕਿੰਨੇ ਵੀਰੇ 2-12 2-12 ਜੀ 2-7 ਤੇ 12 ਸ਼ੇਰੂ ਦੇ ਵੀਰੇ ਲੰਬੜਦਾਰਾ ਲੰਬੜਦਾਰਾ ਬਰਨਾਲੇ ਵਾਲੇ ਲੰਬੜਦਾਰ ਦੇ ਵਿਊ ਲੈਣੇ ਆਪਾਂ
ਬੜਾ ਲਈ ਬਰਨਾਲੇ ਵਾਲੇ ਲੰਬੜਦਾਰ ਦੇ ਵੀ ਟੂਰਨਾਮੈਂਟ ਕਿਵੇਂ ਰਿਹਾ? ਹੋ ਸੀਗਾ ਉਹ ਖੜਾ ਵਗ ਜਾ ਉੱਥੇ, ਉਹਨੇ ਕਿਹਾ ਜੀ ਮੈਨੂੰ ਬਿਲਕੁਲ ਥੋੜਾ ਜਿਹਾ ਬੋਲਣ ਤੋਂ ਕਤਰਾਉਂਦੇ ਮੁੰਡੇ, ਕਿਉਂਕਿ ਨਵਾਂ ਨਵਾਂ ਟੂਰ ਨੰਬਰਾਂ ਥੋੜਾ ਚੱਲਦਾ ਮੈਕ ਤੋਂ, ਕਿਉਂਕਿ ਕਈ ਵਾਰ ਘਰੇ ਗੱਲ ਪਹੁੰਚ ਗਈ ਤੇ ਪ੍ਰੀਤ ਤੇ ਨੰਬਰ ਛੱਤੀ ਸੌ ਕਰਵਾ ਦਿੰਦੇ ਤਿੰਨ ਬਾਰਾਂ ਵੱਡੀ ਲੀਡ ਬਣਾਈ ਸਕਦੇ ਮੁੰਡੇ ਵੈਂਡੀ ਸ਼ਰਮਾ ਕਲੱਬ ਚੈਨੇ ਆਉਂਦੀ ਟੀਮ ਮੇਰੇ ਵੀਰੋ। ਬਾਰਬਾ ਦੇ ਫਿੱਟ ਟੈਗਰ ਦੀ ਭਾਈ ਕਹਿੰਦਾ ਵੀ ਅੰਦਰ ਜਿਹੜੇ 18 ਵਾਲੇ ਟੂਰਨਾਮੈਂਟ ਵਾਲੇ ਵੀ ਗਦੀ ਕੋ ਸਾਰੇ ਖੇਡਣੇ ਵਰ ਮੇਰੇ ਹਲੇ ਤੇ ਹਾਂ ਲੈ ਵੀ ਹਰੀ ਆਸਟ੍ਰੇਲੀਆ ਕਹਿੰਦਾ ਹਲੇ ਤੇ ਅੰਦਰ 16 ਵਾਲੇ ਵੀ ਖੇਡੀ ਜਾਂਦਾ ਲੰਬੜਦਾਰਾ। ਬਾਈ ਰਵੀ ਪੂਣੀਆ ਕਹਿੰਦਾ ਜੇ ਸੱਤਾ ਮੈਂ ਜਿੱਤੇ 500 ਦੇ ਦਾਂਗੇ, ਜੇ ਸੱਤਾ ਮੈਂ ਜਿੱਤੇ ਰਵੀ ਪੂਣੀਆ ਸਾਡਾ ਵੀਰੋ ਕਹਿੰਦਾ 500 ਨੂੰ ਵੱਡੇ ਜਿਹੜੇ ਮਾਣ ਕਰ ਦਿਆਂਗੇ ਸੱਤੇ ਦੇ। ਕਹਿੰਦੀ ਬਾਈ ਵਾਹ ਜੀ ਵਾਹ, ਉਧਰੋਂ ਹਰਮਨ ਲੋਟ ਵੱਧੀ ਵਾਲਾ ਵੀਰ ਸਾਡਾ ਹਰਮਨ ਦਿਓ ਲੋਟ ਵੱਧੀ, ਉਹ ਕਹਿੰਦਾ ਜੇ ਸੱਤਾ ਆਹ ਮੈਚ ਜਿੱਤ ਲਏ ਤੇ $100 ਦੇ ਰਿਹਾਗੇ, $100 ਦੇ ਨਾਲ ਵੱਡੇ ਜਿਹੜੇ ਮਾਣ ਹੋਣਗੇ।
ਉਧਰੋਂ ਸਾਰਾ ਖਾ ਰਹੀ ਆ ਭਰਾ ਸਾਡਾ ਨਾਲ ਰਵੀ ਸਰਪੰਚ ਖਾ ਰਹੀ ਆ ਨਾਲ ਨੈਣ ਕਦਰ ਜਾਓ ਭਰਾ ਕੇ ਜੇ ਸੱਤਾ ਮਿਲਤੇ ਤੇ 500 ਆਪਾਂ ਵੀ ਵੱਡੇ ਮਾਣ ਕਰ ਦਿਆਂਗੇ ਹਉ ਮੇਰੇ ਵੀਰੇ ਕਿਉਂਕਿ ਪੁਰਾਣਾ ਖਿਡਾਰੀ ਤਜਰਬਾ ਬਹੁਤ ਵੱਡਾ ਹੈ ਪਰ ਦੂਜੇ ਪਾਸੇ ਢਾਬਾ ਨਾਲ ਦੁਬਾਰੇ ਫਿੱਟੋ ਕਿਲੇ ਗਰਾਊਂਡਾਂ ਦੇ ਵਿੱਚ ਆਇਆ ਹੈ ਅਰ ਬਹਿਦਾ ਬਹਿਦਾ ਕਿਤੇ ਕਰਾਈ ਤੁਰਿਆ ਆਉਂਦਾ ਹਉ ਪੰਜਾਬ ਵਾਲੇ ਤੋਂ ਪੱਜ ਕੇ ਸੁਣਦੀ ਨਾ ਇਹਦਾ ਪਤਾ ਗੁੱਡੀ ਤੇ ਧੱਕੇ ਕਦੋਂ ਪਾਜੋ ਲਵੀ ਇੱਕ ਮਿੰਟ ਮੇਰਾ ਵੀਰ ਦੋਵੇਂ ਟੀਮਾਂ ਲਵੀ ਪਰਮ ਤੇ ਨਾਲੀ ਵਿਕਾਸ ਬਾਰੇਗਾ ਜੀ ਵਿਕਾਸ ਬਾਰੇਗਾ ਪੜਾਈ ਹੈਗੀ ਆਪਣਾ 4431 ਸੈਮੀ ਉਹ ਆਪਾਂ ਦੋਵੇਂ ਟੀਮਾਂ ਨੂੰ ਬਰਾਬਰ ਕਰ ਦੇਗੇ ਜਿਹੜੀਆਂ ਸੈਮੀ ਲੂਜ਼ ਕਰ ਰਹੀਆਂ ਵਿਕਾਸ ਜੀ ਉਹ ਮੁੰਡੇ ਕਹਿੰਦੇ ਅਸੀਂ ਜਾਣਾ ਬਰਨਾਲੇ ਵਾਲੇ ਤੇ ਹਾਂਜੀ ਮੇਰਾ ਵੀਰ ਕੋਈ ਚੱਕਰ ਨਹੀਂ ਲਵੀ ਪਰਮ ਤੋਂ ਪਰਮ ਲਵੀ ਨੱਥ ਵਾਲੀ ਪ੍ਰਧਾਨ ਉਹ ਕਰਵਾ ਦੇ ਹੈਗਾ ਗਾ ਸਿੱਕਾ ਹੈਗਾ ਹੈ ਨੀ ਊਂ ਕਰਵਾ ਦੇ ਲੰਬੜ ਦਾ ਟਾਸਕ ਕਰਵਾ ਦੇ ਯਾਰ ਇਹਨਾਂ ਦਾ ਹਾਂਜੀ ਟਾਸਕ ਕਰਵਾ ਦੋ ਨਹੀਂ ਕਰੀ ਨਾ ਹੈਗਾ ਸਿੱਕਾ ਵੀਰੇ ਹੈ ਨਾ ਥੋੜੀ ਆ ਭਗਾਣੇ ਤੇ ਉਧਰ ਮੈਚ ਮੇਰੇ ਮਿੱਤਰੋ ਬਹੁਤ ਦਮਕਦਾ ਖੇਡਿਆ ਜਾ ਰਿਹਾ ਗਰਾਊਂਡ ਦੇ ਅੰਦਰ ਉਧਰ ਸਾਡੀ ਜ਼ਿੰਦਗੀ ਦਾ ਮਾਣ ਆ ਪ੍ਰੀਤ ਸਾਡਾ ਛੋਟਾ ਵੀਰ ਉਹ ਵੀ ਆਇਆ ਦਵਾਵਾਂ ਨੇ ਸਾਡੇ ਵੀਰ ਦੇ ਲਈ ਰੂਪੇ ਦੀ ਕਹਿੰਦੇ ਸੌਣ ਲੱਗੀ ਹੋਈ ਹੈ ਮੇਰੇ ਮਿੱਤਰੋ ਵੱਡੀ ਮਿਹਨਤ ਕਰਕੇ ਹਰ ਇਲਾਕੇ ਦੇ ਵਿੱਚ ਨਾਮ ਦਾ ਖੱਟਿਆ ਭਰਾ ਸਾਡੇ ਦਾ ਬਹੁਤ ਵੱਡਾ ਧੰਨਵਾਦ ਆ ਬੜਾ ਪਿਆਰਾ ਤੇ ਸਤਿਕਾਰ ਜੋ ਮਿੱਤਰ ਸਾਡੀ ਜ਼ਿੰਦਗੀ ਦਾ ਦਵਾਵਾਂ ਨੇ ਸਾਡੇ ਵੱਡੇ ਵੀਰ ਦੇ ਲਈ ਇਧਰ ਵੀ ਸਿਰੇ ਦੀ ਟੱਕਰ ਦੇ ਉਹ ਗਰਾਊਂਡ ਦੇ ਵਿੱਚ ਨੌਜਵਾਨ ਵੀ ਫੋੜ ਫੜ ਸੁਬੇ ਨੇਕ ਤੇ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀਓ ਫੋਟ ਫੋਟ ਨਾਲ ਆਓ ਸਾਗਰ ਭਰ ਸਕਦਾ ਉਹ ਸੋ ਠਾਡੇ ਦੇ ਲੜ ਲੱਗ ਕੇ ਢੇੜੀ ਕਰਦੀ ਹੁੰਦੀ ਹੈ ਇਹ ਕੋਟਾ ਸੰਗਾ ਕਰਕੇ ਆਓ ਗੁੱਡੀ ਚੜਦੀ ਹੁੰਦੀ ਹੈ ਕੋਟਾ ਸੰਗਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਹਾਉ ਚੜ ਤੇ ਵੇਖ ਕੇ ਹਿੱਕ ਲੋਕਾਂ ਦੀ ਮੈਨੂੰ ਛੱਡ ਕੇ ਵੀਰੇ ਆ ਖਾਣਾ ਤਾਂ ਬਾਗੇ ਪੀਤਾ ਗਿਆ ਪੀਤੇ ਹੈ ਨੀ ਕਹਿੰਦਾ 15 ਪਰੋ ਦੇਣਾ ਜੇ ਬੈਸਟ ਨਿਕਲਦਾ ਹਫ਼ਤਾ
ਅਮਰੀਕੀ ਦਾ ਗੁੱਛਾ ਸੀ ਕਹਿੰਦੇ ਫੇਰ ਨਹੀਂ ਟਿਕਦਾ ਨਹੀਂ ਪੰਗੇ ਲੈਂਦਾ ਕਿੱਥੇ ਮੈਂ ਵੀ ਜਾਣਾ ਜੈ ਖੇਤਪਾਲ ਵੀਰੇ ਕੀ ਆ ਦੁਬਾਰੇ ਬੋਲਦੀ ਵੀਰੇ ਤੇਰੀ ਆਇਆ ਨੀ ਪਹਿਲਾ ਕਮੈਂਟ ਕੱਲ ਨੂੰ ਟੂਰਨਾਮੈਂਟ ਹੈ ਪ੍ਰਦੀਪ ਨਰੋਲ ਦਾ ਵੀਰੇ ਕੱਟੂ ਆ ਕੀ ਮਾਰ ਗਿਆ ਉਹ ਕਿਹੜਾ ਦਿਖਾਇਆ ਕਿਹੜੇ ਨਾਲ ਮਾਰ ਗਿਆ ਢਾਬਾ ਵਾਲਾ ਦੁਬਾਰੇ ਕਰੀ ਕਮੈਂਟ ਵੀਰੇ ਹਾਂਜੀ ਹਾਂਜੀ ਜੱਸਾ ਕਹਿਣ ਕੀ ਹਾਲ ਨੇ ਯਾਰਾ ਠੀਕ ਹੈ ਵਧੀਆ 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 ਵਧੀ ਹਾਂਜੀ ਵੀਰੇ ਸਕੋਰ ਕੀ ਨੇ ਦੱਸ ਦਿਆਂ ਵੀਰੇ ਕੱਟੂ ਨਾ ਉੱਥੇ ਨਾਮੀ ਪੜਿਆ ਨਹੀਂ ਖੇਡਿਆ ਬਾਰਾਂ ਤਿੰਨ ਸਕੋਰ ਨੇ ਵੀਰੇ ਬਾਰਾਂ ਤਿੰਨ ਵੀਰੇ ਉਧਰੋਂ ਹਰਮਨ ਲੋਟ ਬੱਦੀ ਵਾਲਾ ਭਰਾ ਸਾਡਾ ਉਹ ਕਹਿੰਦਾ ਜੇ ਸੱਤਾ ਸ਼ੇਰੂ ਦੇ ਬਾਲ ਲੱਗ ਰਿਹਾ ਸੱਜਣ ਦੇ ਹਾਂਜੀ ਹਾਂਜੀ ਸੁਖਵੀਰ ਬਿਲਕੁਲ ਸਹੀ ਗੱਲ ਆ ਬਾਈ ਓਏ ਪੋਰਟਰੇਟ ਚ ਕਰਦੀ ਓਏ ਹਾਂ ਯਾਰ ਉਹਨਾਂ ਨੇ ਕੋਈ ਲਿਖਿਆ ਗਾ ਬੀਤੇ ਵੀਰੇ ਸਪੈਸ਼ਲ ਵੀ ਜਿਹੜਾ ਕੋਈ ਫੈਡਰੇਸ਼ਨ ਦੇ ਅੰਡਰ ਨਾਮੀ ਪਲੇਅਰ ਖੇਡਦੇ ਨੇ ਵੀ ਉਹ ਨਹੀਂ ਖੇਡਣ ਦਿੱਤੇ ਜਾਣਗੇ ਬਸ ਨਵੀਆਂ ਨਵੀਆਂ ਕਾਢਾਂ ਕੱਢਦੇ ਆ ਲੋਕ ਇਹ ਗੱਲ ਵੀ ਸਹੀ ਆ ਓਏ ਬਾਲ ਓਏ ਸ਼ੇਰੂ ਯਾਰ ਕਿੰਨੇ ਹੋ ਗਏ ਬਾਬੇ ਭਾਈ ਯਾਰ ਜੱਸੀ ਭਰਾ ਸਾਡਾ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਉਹ ਜ਼ਰੂਰ ਸੰਪਰਕ ਕਰੇ ਯਾਦ ਕਰ ਲਿਆ ਵੀਰ ਉਸ ਨੂੰ ਹਣੀ ਆਸਟ੍ਰੇਲੀਆ ਦੀ ਮੈਨੂੰ ਜੱਸੀ ਪ੍ਰਧਾਨ ਨਹੀਂ ਕਦੇ ਨਜ਼ਰ ਆਉਂਦਾ ਬੰਦੀਗਾ ਮਾਰੋ ਆਸੇ ਪਾਸੇ ਉਹ ਕੱਲ ਨੂੰ ਡਿਊਟੀ ਜਾਣਾ ਹੁਣ ਤਾਂ ਇੱਕ ਹੀ ਗਰਾਊਂਡ ਚੱਲਦਾ ਗਾ ਵੀਰੇ ਸਕੋਰ ਦੱਸ ਦਿਆਂ ਬਾਈ 13-3 ਇਹ ਵੀ ਗੱਲ ਤੇਰੀ ਪੀ ਤੇ ਗੱਲ ਤੇਰੀ ਵੀ ਸਹੀ ਆ ਬਾਈ ਹਨਾ ਤਕੜੇ ਨਾਲ ਖੇਡ ਕੇ ਬੰਦਾ ਤਕੜਾ ਹੁੰਦਾ ਮਾੜੇ ਨਾਲ ਖੇਡ ਕੇ ਮਾੜਾ ਗੱਲਾਂ ਤੇਰੀਆਂ ਵੀ ਸਹੀ ਨੇ ਪੀ ਤੇ ਬਿਲਕੁਲ ਵੀਰੇ ਸਕੋਰ ਵੀਰੇ ਵਧੀਆ ਵਧੀਆ ਬਾਈ ਤੇਰਾ ਨਾਂ ਕੀ ਹੈਗਾ ਪਟਵਾਰੀ ਵੀਰੇ ਆਪਣੀ ਟੀਮ ਰਿਆ ਬਰਨਾਲੇ ਦੀ ਅੱਜ ਤੀਜੇ ਨੰਬਰ 'ਤੇ ਲਾਈਵ ਉੱਧਰ ਹੈ ਨਹੀਂ ਬਾਈ ਆਹੀ ਗਰਾਊਂਡ ਚੱਲ ਰਿਹਾ ਇੱਕ ਬਸ ਪਾਰਸ ਕਾਸਮਾਨ ਜੀ ਨਾਮੀ ਪਲੇਅਰ ਆ ਜੀ ਤੁਹਾਡੇ ਨਾਲ ਬਾਈ ਵਰਮਾ ਜੀ ਨੂੰ ਥੋੜਾ ਧਿਆਨ ਦੇ ਨਾਲ ਸ਼ਰਮਾ ਜੀ ਵਰਮਾ ਜੀ ਚਰਚਾ ਦੇ ਵੱਡੇ ਲਿਖਿਆ ਜੱਗਾ ਆਇਆ ਹੋਇਆ ਗੋਲ ਦੇ ਨਾਲ
ਮਾਰਕਾ ਨਹੀਂ ਬੈਠੇ ਨਹੀਂ ਮਾਰਿਆ ਕੁਰਸੀ ਨੂੰ ਬੜੇ ਕੁਰਸੀਆਂ ਬਾਂਦੂ ਹਾਂਜੀ ਹਾਂਜੀ ਸੁਖਵੀਰ ਵੀਰੇ ਉਹ ਮੁੰਡਾ ਵੀ ਪੁਲਿਸ ਜਾਗਾ ਦੂਜਾ ਜਿਹੜਾ ਗਿਆਨੀ ਖੇਡਿਆ ਉਹ ਐਸ ਐਚ ਨਾਲ ਆਉਂਦਾ ਇਹ ਐਨ ਆਰ ਆਈ ਥਾਣੇ ਜਾ ਇਹਦਾ ਨਾਮ ਗੁਰਸ਼ਰਨ ਗੁਰਸ਼ਰਨ ਇਹ ਹੈ ਦੋਨੇ ਜਗਰਾਂ ਦੇ ਰਾਤ ਨੂੰ ਸਮਝੇਗਾ ਕਿ ਅਸੀਂ ਰਾਤ ਨੂੰ ਵੀ ਨਹੀਂ ਸਮਝ ਸਕਦੇ ਕੱਲ੍ਹ ਨੂੰ ਤੁਸੀਂ ਦਿਨੇ ਤਾਂ ਸਮਝੋਗੇ ਦਿਨੇ ਕਿੱਥੋਂ ਦਿਨੇ ਨਹੀਂ ਨੀਂਦ ਆਉਂਦੀ ਹੁੰਦੀ ਗੱਲਾਂ ਵਾਲਾ ਚਾਰ ਪੰਜ ਘੰਟੇ ਸੌਂ ਕੇ ਨੀਂਦ ਪੂਰੀ ਹੋ ਜਾਂਦੀ ਆ ਪੂਰੀ ਸੌਂ ਜਾਂਦੀ ਆ ਉਹ ਗੱਲ ਲਗਾਤਾਰ ਆ ਅੱਜ ਦਾ ਹੋ ਗਿਆ 17 ਹੋ ਗਈ 18 ਫੇਰ ਆ ਇੱਕ 18 ਨੂੰ ਵੀ ਐ ਨਹੀਂ ਹੈਗਾ ਦਿਨੇ ਸੌਂ ਜਾਵਾਂਗੇ 18 ਨੂੰ ਪਹਿਲਾਂ ਜੱਗੇ ਕੇ ਆਉਣਾ ਪ੍ਰੋਗਰਾਮ 'ਤੇ ਹਾਂ ਫਿਰ ਉਦੋਂ ਬਾਅਦ ਲਾਈਵ 'ਤੇ ਚੱਲਾਂਗੇ ਤਿੰਨ 16 ਹੋ ਗਏ ਤਿੰਨ ਤੇ 16 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਨੌਜਵਾਨਾਂ ਬਹੁਤ ਟਾਪ ਦਾ ਮੁਕਾਬਲਾ ਜਿਹੜਾ ਇੱਧਰ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਟੀਮਾਂ ਜਿਹੜੀਆਂ ਵੱਡੀਆਂ ਬਣ ਕੇ ਆਈਆਂ ਆਪਣੇ ਕੋਲ ਇੱਧਰ ਪਹਿਲਾ ਸੈਮੀ ਖੇਡਿਆ ਗਿਆ ਤੇ ਮੁੰਡੇ ਬਰਸਿੰਗਰੀ ਵਾਲੇ ਫਾਈਨਲ ਦੇ ਵਿੱਚ ਉਹ ਪ੍ਰਵੇਸ਼ ਕਰ ਗਏ ਆ ਦੂਸਰੇ ਸੈਮੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਵੱਡੀਆਂ ਨੇ ਨੌਜਵਾਨਾਂ ਟੱਕਰ ਜਿਹੜੀ ਵੱਡੀ ਆ ਖੇਡ ਮੈਦਾਨ ਦੇ ਵਿੱਚ ਉਹ ਮੁੰਡੇ ਬੱਲੇ ਬੱਲੇ ਕਰਾ ਰਹੇ ਆ ਆ ਕੇ ਆਪਣੇ ਜੁਝਾਰ ਹੈ ਇਹ ਵੀ ਮੇਰੇ ਮਿੱਤਰ ਇੱਕ ਲੰਬੀ ਪਾਰੀ ਦਾ ਘੋੜਾ ਪਰ ਸਾਹਮਣੇ ਇਹਨੂੰ ਦੁਨੀਆ ਬਾਬਾ ਬਾਬਾ ਕਹਿੰਦੀ ਹੈ ਇਹਦੀ ਵੀ ਅੱਤ ਦੀ ਚੜ੍ਹਾਈ ਹੈ ਇਹ ਵੀ ਮੇਰੇ ਮਿੱਤਰ ਬੜਾ ਸੁਲਝਿਆ ਹੋਇਆ ਖਿਡਾਰੀ ਹੈ ਇਹਨਾਂ ਖੇਡ ਗਰਾਊਂਡਾਂ ਦਾ ਸ਼ਿਕਾਰ ਆ ਮੁੰਡਾ ਔਰ ਗੱਭਰੂ ਦੇ ਚਰਚੇ ਕਹਿੰਦੇ ਮੇਰੇ ਮਿੱਤਰ ਫੂਦ ਰੱਡੇ ਹੈ ਪ੍ਰੀਤ ਬਾਹਲੀ ਬਾਹਲੀ ਵਧੀਆ ਗਈ ਪ੍ਰੈਕਟਿਸ ਹੀ ਬਾਹਲੀ ਲੱਗ ਗਈ ਉਹਦੇ ਨਾਲ ਉਹ ਤਾਂ ਹੀ ਕਹਿਣਾ ਉਹਦਾ ਇੱਕ ਦਿਨ ਖੇਡ ਲਾ ਯਾਰ ਬਸ ਤਾਂ ਡੇਢ ਵਜੇ ਆ ਡੇਢ ਦਿੱਲੀ ਦਾ ਟੂਰ ਦੀ ਲੰਘ ਜਾਣਾ ਮੇਰਾ ਵੀਰ ਜਾਣਾ ਤੇ ਚੱਲਿਆ ਜਾ ਮਨੋਜ ਉਹਨਾਂ ਨੇ ਲਾਸਟ ਵਾਰੀ ਹਾਕ ਮਾਰੀ ਆ ਉਸ ਤੋਂ ਬਾਅਦ ਕੱਲੇ ਨੂੰ ਮੈਨੂੰ ਲੱਗਦਾ ਵੀ ਹੁਣ ਬੱਸਾਂ ਵੀ ਬੰਦ ਨੇ ਮਨੋਜ ਇੱਕ ਦੋ ਦਿਨ ਲੈ ਵੀ ਸਾਰਾ ਸਮਝਾਤਾ ਆਪਾਂ ਮਨੋਜ ਨੂੰ ਜਾ ਸਕਦੇ ਹੋ
ਲਾਓ ਫਿਰ ਮੈਚ ਮੇਰੇ ਮਿੱਤਰੋਂ ਬਹੁਤ ਟੌਪ ਦਾ ਖੇਡਿਆ ਜਾ ਰਿਹਾ 17-3 ਦੀ ਟੱਕਰ ਹੈ ਟੀਮ ਜਿਹੜੀ ਬਾਰੇ ਕੇ ਪਿੰਡ ਦੀ ਵੀ ਇੱਕ ਬਹੁਤ ਵੱਡੀ ਟੀਮ ਆ ਬਣਾਈ ਜਾਂਦਾ ਮੁੰਡੇ ਜ਼ਿਲ੍ਹੇ ਫਾਜ਼ਿਲਕਾ ਨੂੰ ਬਲੌਕ ਕਰਦੇ ਆ ਔਰ ਚਰਤੇ ਕਹਿੰਦੇ ਮੇਰੇ ਮਿੱਤਰੋਂ ਵੱਡੇ ਹੈ ਖੇਡਦੇ ਗਰਾਊਂਡਾਂ ਦੇ ਅੰਦਰ ਗੱਭਰੂਆਂ ਦਾ ਕਹਿੰਦੇ ਸੁੱਕਾ ਚੱਲਦਾ ਇੱਕ ਲੰਮੀ ਭਾਰੀ ਦੇ ਘੋੜੇ ਮੁੰਡੇ ਔਰ ਚੱਲਦਾ ਮੈਚ ਸਮਾਪਤ ਆ ਜੀ ਫਾਈਨਲ ਦੇ ਵਿੱਚ ਮੁੰਡੇ ਪੁੱਜ ਗਏ ਬਰਸਾ ਦੇ ਅੰਦਰ ਚੈਣੇ ਵਾਲੀ ਟੀਮ ਬਲਾਲੀ ਟੀਮ ਆਪਾਂ ਬਰਸਿਕਰੀ ਵਾਲੇ